ਅੱਜ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਉਣ ਵਾਲੀ ਲੋਕ ਸਭਾ ਚੁਣਾਵ ਦੇ ਲਈ ਸਵੀਪ ਪ੍ਰੋਗਰਾਮ ਦੇ ਤਹਿਤ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ ਗਿਆ, ਯੂਥ ਇਲੈਕਸ਼ਨ ਅੰਬੈਸਡਰ। ਇਸ ਪ੍ਰੋਗਰਾਮ ਦੇ ਤਹਿਤ ਅਸੀਂ ਆਪਣੇ ਯੰਗ ਅੰਬੈਸਡਰਸ ਨੂੰ ਯੂਥ ਇਲੈਕਸ਼ਨ ਅੰਬੈਸਡਰ ਦੇ ਵਜੋਂ ਉਹਨਾਂ ਨੂੰ ਪੋਸਟ ਦਿੱਤੀ ਹੈ ਅਤੇ ਅਸੀਂ ਇਹਨਾਂ ਇਲੈਕਸ਼ਨ ਅੰਬੈਸਡਰ ਦੀ ਅਟੈਚਮੈਂਟ ਕਰਾ ਰਹੇ ਹਾਂ ਵਿਦ ਆਰਓ ਐਂਡ ਏਆਰਓ। ਅੱਜ ਜਿਵੇਂ ਅਸੀਂ ਇਹਨਾਂ ਦੀ ਆਰਓ ਲੈਵਲ 'ਤੇ ਅਟੈਚਮੈਂਟ ਕਰਾਈ, ਇਹਨਾਂ ਨੂੰ ਇਲੈਕਸ਼ਨ ਦਾ ਸਾਰਾ ਪ੍ਰੋਸੈਸ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਤਿਆਰੀਆਂ ਕੀਤੀਆਂ ਜਾਂਦੀਆਂ ਨੇ, ਵੱਖ ਵੱਖ ਇਲੈਕਸ਼ਨ ਦੀ ਟੀਮ ਕੀ ਕੰਮ ਕਰਦੀ ਹੈ, ਕਿਸ ਤਰ੍ਹਾਂ ਈਵੀਐਮ ਮਸ਼ੀਨਸ ਤਿਆਰ ਕੀਤੀ ਜਾਂਦੀ ਹੈ, ਕਿਸ ਤਰ੍ਹਾਂ ਪੋਲਿੰਗ ਸਟੇਸ਼ਨਸ 'ਤੇ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਅਤੇ ਕਿਸ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ। ਇਸ ਦੇ ਨਾਲ ਨਾਲ ਇਹਨਾਂ ਨੂੰ ਮਾਡਲ ਪੋਲਿੰਗ ਸਟੇਸ਼ਨ ਬਣਾ ਕੇ ਉਸ 'ਤੇ ਵੀ ਇੱਕ ਵਿਜ਼ਿਟ ਕਰਾਈ ਗਈ ਅਤੇ ਹੁਣ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਏਆਰਓਜ਼ ਨਾਲ ਅਟੈਚਮੈਂਟ ਕਰਕੇ ਉਹਨਾਂ ਨਾਲ ਆਪਣੀ ਐਕਟੀਵਿਟੀ ਕਰਨਗੇ। ਉਹ ਦੇਖਣਗੇ ਕਿ ਏਆਰਓ ਕਿਸ ਤਰ੍ਹਾਂ ਪੋਲਿੰਗ ਸਟੇਸ਼ਨਸ ਨੂੰ ਤਿਆਰ ਕਰਦੇ ਹੈ, ਕਿਸ ਤਰ੍ਹਾਂ ਈਵੀਐਮ ਮਸ਼ੀਨਸ ਨੂੰ ਤਿਆਰ ਕਰਦੇ ਹੈ ਅਤੇ ਕਿਸ ਤਰ੍ਹਾਂ ਪੋਲਿੰਗ ਪਾਰਟੀਜ਼ ਨੂੰ ਡਿਸਪੈਚ ਕਰਦੇ ਹੈ ਇਲੈਕਸ਼ਨਸ ਦੇ ਲਈ। ਅਤੇ ਉਸ ਤੋਂ ਬਾਅਦ ਸਾਡਾ ਪਰਪਸ ਇਹ ਹੈ ਕਿ ਅਸੀਂ ਇਹਨਾਂ ਯੂਥ ਇਲੈਕਸ਼ਨ ਅੰਬੈਸਡਰ ਦੇ ਰਾਹੀਂ ਅਸੀਂ ਕੇਵਲ ਅਵੇਅਰਨੈਸ ਨਾ ਦਈਏ ਕਿ ਬਈ ਤੁਸੀਂ ਆਪਣੀ ਵੋਟ ਪਾਉਣੀ ਹੈ ਅਤੇ ਵੋਟ ਤੁਹਾਡਾ ਅਧਿਕਾਰ ਹੈ, ਉਸ ਅਵੇਅਰਨੈਸ ਦੇ ਨਾਲ ਨਾਲ ਅਸੀਂ ਇਹਨਾਂ ਦੇ ਰਾਹੀਂ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਇਲੈਕਸ਼ਨ ਦੀ ਤਿਆਰੀਆਂ ਕੀਤੀਆਂ ਜਾਂਦੀਆਂ ਨੇ। ਇੱਕ ਕੇਵਲ ਸਰਸਰੀ ਤੌਰ 'ਤੇ ਕੇਵਲ ਜ਼ਿੰਮੇਵਾਰੀ ਦਾ ਅਹਿਸਾਸ ਨਾ ਕਰਾਇਆ ਜਾਵੇ, ਪਰ ਉਸ ਤੋਂ ਇਲਾਵਾ ਥੋੜ੍ਹਾ ਡੀਪਲੀ ਜਾ ਕੇ ਕਿ ਕਿਸ ਤਰ੍ਹਾਂ ਸਾਰੀ ਤਿਆਰੀ ਕੀਤੀ ਜਾਂਦੀ ਹੈ, ਕਿਸ ਤਰ੍ਹਾਂ ਇਲੈਕਸ਼ਨ ਦਾ ਇੱਕ ਦਿਨ ਜੋ ਹੈ ਇੰਨਾ ਵੱਡਾ ਤਿਉਹਾਰ ਮਨਾਇਆ ਜਾਂਦਾ ਹੈ, ਕਿਉਂ ਇਲੈਕਸ਼ਨਸ ਨੂੰ ਚੋਣਾਂ ਨੂੰ ਇੱਕ ਪਰਵ ਕਿਹਾ ਗਿਆ ਹੈ, ਦੇਸ਼ ਦਾ ਗਰਵ ਕਿਹਾ ਗਿਆ, ਇਸ ਦੇ ਵਿੱਚ ਕੀ ਐਕਟੀਵਿਟੀਜ਼ ਇਨਵੋਲਵ ਹੁੰਦੀ ਹੈ, ਇਹੀ ਸਾਡਾ ਮਕਸਦ ਸੀ। ਹੁਣ ਸਾਡੇ ਜੋ ਯੂਥ ਇਲੈਕਸ਼ਨ ਅੰਬੈਸਡਰ ਤਿਆਰ ਹੋਏ ਨੇ, ਇਹ ਆਪਣੇ ਆਪਣੇ ਅਸੈਂਬਲੀ ਸੈਗਮੈਂਟਸ ਦੇ ਵਿੱਚ ਵੱਖ ਵੱਖ ਲੋਕਾਂ ਨੂੰ ਆਊਟਰੀਚ ਕਰਨਗੇ। ਇਹ ਖਾਸ ਤੌਰ 'ਤੇ ਯੂਥ ਅੱਗੇ ਜੋ ਯੰਗ ਵੋਟਰਸ ਹੈ, ਫਸਟ ਟਾਈਮ ਵੋਟਰਸ ਹੈ, ਉਹਨਾਂ ਤੱਕ ਜਾ ਕੇ ਆਪਣਾ ਮੈਸੇਜ ਕਨਵੇ ਕਰਾਂਗੇ ਕਿ ਕਿਸ ਤਰ੍ਹਾਂ ਵੋਟ ਸਾਡਾ ਅਧਿਕਾਰ ਹੈ, ਸਾਨੂੰ ਇਸ ਦੀ ਐਕਸਰਸਾਈਜ਼, ਸਾਨੂੰ ਵੋਟ ਦਾ ਰਾਈਟ ਐਕਸਰਸਾਈਜ਼ ਕਰਨਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਅਤੇ ਕਿਸ ਤਰ੍ਹਾਂ ਚੋਣਾਂ ਦੀ ਸਾਰੀ ਤਿਆਰੀਆਂ ਕੀਤੀਆਂ ਜਾਂਦੀਆਂ ਨੇ। ਮੈਂ ਹੁਸ਼ਿਆਰਪੁਰ ਲੋਕ ਸਭਾ ਦੇ ਸਾਰੇ ਹੀ ਵੋਟਰਸ ਨੂੰ ਅਪੀਲ ਕਰਦੇ ਹਾਂ ਕਿ ਆਉਣ ਵਾਲੀ 1 ਜੂਨ ਨੂੰ ਆਪਣੀ ਵੋਟ ਜ਼ਰੂਰ ਕਾਸਟ ਕਰੋ। ਤੁਹਾਡਾ ਜੋ ਵੀ ਨੀਅਰੈਸਟ ਬੂਥ ਪੈਂਦਾ ਹੈ, ਉਸ 'ਤੇ ਜਾ ਕੇ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਵਰਤੋਂ ਕਰੋ। ਵੋਟ ਹੀ ਜੋ ਹੈ ਉਹ ਤੁਹਾਡੀ ਆਵਾਜ਼ ਹੈ, ਇਹੀ ਤੁਹਾਡਾ ਅਧਿਕਾਰ ਹੈ। ਅਸੀਂ ਸਾਰੇ ਮਿਲ ਕੇ ਇੱਕ ਜ਼ਿੰਮੇਵਾਰ ਸਰਕਾਰ ਬਣਾਈਏ।